ਅਗਲੀ ਖਬਰ ਦੋਸਤੋ 에어ਪੋਰਟਸ ਦੇ ਨਾਲ ਸੰਬੰਧਤ ਆ 에어ਪੋਰਟਸ ਨੇ ਮਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੋਇਆ ਪੰਡੈਮਿਕ ਦੇ ਵਿੱਚ ਕਿਉਂਕਿ ਲੋਕ ਬਾਹਰ ਨਹੀਂ ਨਿਕਲ ਰਹੇ ਸੀ ਤੇ ਹਵਾਈ ਸਫਰ ਲਗਭਗ ਬੰਦ ਸੀ ਹੁਣ ਇੱਕ ਜਿਹੜਾ ਇਹਨਾਂ ਦੇ ਉੱਤੇ ਯੂਜ਼ਰ ਪੇਜ ਸਿਸਟਮ ਜਨਰੇਟ ਕੀਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਰੈਵਨਿਊ ਜਿਹੜਾ ਆ ਸਕੇ ਤੇ ਜਿਹਦੇ ਵਿੱਚ ਪੈਸੇਂਜਰ ਤੋਂ ਲੈ ਕੇ ਫਿਊਲ ਤੋਂ ਲੈ ਕੇ 에어ਕ੍ਰਾਫਟ ਫੀਸ ਵੀ ਇਨਕਲੂਡ ਕੀਤੀ ਗਈ ਹੈ ਟ੍ਰੈਫਿਕ ਦੇ ਵਿੱਚ ਕਿਉਂਕਿ ਡਿਕਲਾਈਨ ਆ ਗਿਆ ਸੀ ਪੰਡੈਮਿਕ ਦੇ ਵਿੱਚ ਲੋਕ ਜ਼ਿਆਦਾ ਇਨਾ ਟ੍ਰੈਵਲ ਨਹੀਂ ਕਰ ਰਿਹਾ ਸੀ ਤਾਂ ਹੁਣ ਉਹਦੇ ਵਿੱਚ ਜਿਹੜੇ ਇਹਨੂੰ ਇਹਨੂੰ ਮੈਨੇਜ ਕਰਨ ਦੇ ਲਈ ਉਹਨੂੰ ਪੂਰਾ ਕਰਨ ਦੇ ਲਈ ਕੁਝ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ 에어ਪੋਰਟ ਇੰਪਰੂਵਮੈਂਟ ਫੀਸ ਪੈਸੇਂਜਰ ਫਸਿਲਿਟੀ ਫੀਸ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ 에어ਪੋਰਟ ਨੂੰ ਅਪਗ੍ਰੇਡ ਕਰਨ ਦੇ ਲਈ ਮੇਨਟੇਨੈਂਸ ਕਰਨ ਦੇ ਲਈ ਤੇ EMPLOYES ਦੀ ਸੈਲਰੀ ਦੇ ਲਈ ਯੂਜ਼ ਕੀਤਾ ਜਾ ਰਿਹਾ ਕਈ ਥਾਵਾਂ ਦੇ ਉੱਤੇ ਇਹਨਾਂ ਫੀਸਾਂ ਨੂੰ ਡੈਟ ਪੇ ਕਰਨ ਦੇ ਲਈ ਵੀ ਵਰਤਿਆ ਜਾ ਰਿਹਾ ਤੇ ਇਹ 에어ਪੋਰਟ ਦੇ ਜਿਹੜੇ ਰੈਂਟ ਨੇ ਕਿਉਂਕਿ ਐਕਚੁਅਲੀ ਉਹਨਾਂ ਨੂੰ ਇੱਕ ਰੈਂਟ ਫੈਡਰਲ ਸਰਕਾਰ ਨੂੰ ਵੀ ਦੇਣਾ ਪੈਂਦਾ ਹਰ ਸਾਲ ਉਹਨੂੰ ਵੀ ਪੂਰਾ ਕੀਤਾ ਜਾਣ ਦਾ ਯਤਨ ਕੀਤੇ ਜਾ ਰਿਹਾ ਹੈ ਟ੍ਰਾਂਟੋ ਪੀਅਰਸਨ ਇੰਟਰਨੈਸ਼ਨਲ 에어ਪੋਰਟ ਨੇ ਇਮਪਰੂਵਮੈਂਟ ਫੀਸ ਚਾਰਜ ਜਿਹੜੇ ਆਹ ਡਿਪਾਰਟਮੈਂਟ ਡਿਪਾਰਟਿੰਗ ਪੈਸੇਂਜਰਜ਼ ਲਈ ਜਨਵਰੀ 1 ਤੋਂ 30 ਡਾਲਰ ਤੋਂ ਵਧਾ ਕੇ 35 ਡਾਲਰ ਕਰ ਦਿੱਤੇ ਆ ਜਿਹੜੇ ਟਰੈਵਲਰ ਕਨੈਕਟ ਕਰ ਰਿਹਾ ਪੀਅਰਸਨ ਦੇ ਥਰੂ ਉਹ ਵੀ ਦੇਖ ਸਕਦੇ ਆ ਕਿ 6 ਤੋਂ 7 ਡਾਲਰ ਜਿਹੜਾ ਉਹਨਾਂ ਦੇ ਵੀ ਵਧਾ ਦਿੱਤੇ ਗਏ ਆ ਇਦਾਂ ਹੀ ਇਹਦੇ ਵਿੱਚ ਜਿਹੜੀ 에ਰੋਨੌਟਿਕਲ ਫੀਸ ਆ ਜਿਹਨੂੰ ਡੀਆਇਸ਼ਿੰਗ ਨੂੰ ਵੀ ਕਵਰ ਕਰਦੀ ਆ ਉਹ ਵੀ 4% ਵਧਾਈ ਗਈ ਰਜਾਇਨਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ 1 April ਤੋਂ ਉਹ ਵਾਧਾ ਕਰ ਰਿਹਾ ਇਹਦੇ ਵਿੱਚ ਜਿਹੜਾ ਵੀ ਕੋਈ ਫਲਾਈ ਕਰ ਰਿਹਾ ਏ 에ਅਰਪੋਰਟ ਤੋਂ ਬਾਹਰ ਤੇ ਉਹਨਾਂ ਨੂੰ ਵੀ ਜਿਹੜੀ ਫੈਸਿਲਿਟੀ ਫੀ ਹੈ 30 ਡਾਲਰ ਤੱਕ 20 ਡਾਲਰ ਤੋਂ ਹੁਣ ਵਧਾ ਕੇ 30 ਡਾਲਰ ਤੱਕ ਕੀਤੀ ਜਾ ਸਕਦੀ ਹੈ ਫੋਰਟ ਮੈਕਮਰੀ ਇੰਟਰਨੈਸ਼ਨਲ 에ਅਰਪੋਰਟ ਅਲਬਰਟਾ ਦੇ ਵਿੱਚ ਉਹ ਵੀ ਰਿਵਿਊ ਕਰ ਰਿਹਾ ਐਸ ਬੋਲੇ ਕਿ 에ਅਰਪੋਰਟ ਇੰਪਰੂਵਮੈਂਟ ਫੀਸ ਨੂੰ ਕਿੰਨਾ ਵਧਾਇਆ ਜਾਵੇ ਤੇ ਇਹਨੂੰ ਉਹ ਸੋਚ ਕਰਾਏ ਆ ਕਿ 40 ਡਾਲਰ ਜਿਹੜਾ ਦੇਸ਼ ਦੇ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਆ ਉੱਥੇ ਤੱਕ ਉਹ ਕਰਨ ਬਾਰੇ ਵਿਚਾਰ ਕਰ ਰਿਹਾ ਉਹ ਕਹਿੰਦੇ ਸਾਡੇ ਕੋਲ ਹੋਰ ਕੋਈ ਵੀ ਰਸਤਾ ਨਹੀਂ ਆ ਕਿ ਅਸੀਂ ਪੈਸਾ ਲਿਆ ਸਕੀਏ ਚਾਹੇ ਵੈਂਕੂਵਰ ਆ ਚਾਹੇ ਟੋਰੰਟੋ ਆ ਇੱਕੋ ਇੱਕ ਗੱਲਬਾਤ ਸੋਚੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਜ਼ਿਆਦਾ ਜਿਹੜਾ ਰੈਵਨਿਊ ਆਵੇ ਤਾਂ ਕਿ ਜਿਹੜਾ ਪਹਿਲਾ ਘਟਾ ਉਹਨੂੰ ਪੂਰਾ ਕੀਤਾ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ